ਪੰਜਾਬ ਨਿਊਜ਼ ਆਪਣੇ ਵੱਲੋਂ ਆਪ ਸਭ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ। ਪੰਜਾਬ ਨੈਸ਼ਨਲ ਬੈਂਕ ਅਲਰਟ ਔਨਲਾਈਨ। ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇ ਸਾਰੇ ਵੱਡੇ ਬੈਂਕਾਂ 'ਚੋਂ ਇੱਕ ਹੈ, ਜਿਸ ਨੇ ਆਪਣੇ ਸਾਰੇ ਗਾਹਕਾਂ ਨੂੰ ਇੱਕ ਅਲਰਟ ਜਾਰੀ ਕੀਤਾ ਹੈ, ਜਿਸ ਉਹਨਾਂ ਨੇ ਗਾਹਕਾਂ ਨੂੰ KYC ਅਪਡੇਟ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਤੈਅ ਕੀਤੀ ਗਈ ਮਿਤੀ ਤੋਂ ਪਹਿਲਾਂ KYC ਅਪਡੇਟ ਨਾ ਕੀਤੀ ਜਾਵੇ ਤਾਂ ਉਹਨਾਂ ਦੇ ਖਾਤੇ 'ਚੋਂ ਲੈਣ ਦੇਣ ਦੀ ਪ੍ਰਕਿਰਿਆ 'ਤੇ ਪ੍ਰਭਾਵ ਪੈ ਸਕਦਾ ਹੈ। ਬੈਂਕਾਂ ਨੇ ਆਪਣੇ ਗਾਹਕਾਂ ਨੂੰ ਦੱਸਿਆ ਹੈ ਕਿ ਜੇਕਰ ਤੁਹਾਡੇ ਬੈਂਕ ਖਾਤੇ 'ਚੋਂ KYC ਅਪਡੇਟ 30 ਸਤੰਬਰ 2023 ਤੋਂ ਬਾਕੀ ਹੈ ਤਾਂ ਤੁਸੀਂ 18 ਦਸੰਬਰ 2023 ਤੱਕ ਬੈਂਕ ਦੀ ਕਿਸੇ ਵੀ ਸ਼ਾਖਾ ਵਿੱਚ ਜਾ ਕੇ ਆਸਾਨੀ ਨਾਲ KYC ਅਪਡੇਟ ਕਰ ਸਕਦੇ ਹੋ। ਇਸ ਇਲਾਵਾ ਪੰਜਾਬ ਨੈਸ਼ਨਲ ਬੈਂਕ ਅਪਡੇਟ IBS ਈਮੇਲ ਅਤੇ ਪੋਸਟ ਰਾਹੀਂ ਬੈਂਕ ਖਾਤੇ ਵਿੱਚ KYC ਨੂੰ ਅਪਡੇਟ ਕੀਤਾ ਜਾ ਰਿਹਾ ਹੈ। KYC ਲਾਜ਼ਮੀ ਹੈ। ਦੱਸ ਦਈਏ ਕਿ ਬੈਂਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ 'ਤੇ ਹੈਂਡਲ 'ਤੇ ਪੋਸਟ ਕਰਕੇ ਕਿਹਾ ਹੈ ਕਿ RBI ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਸਾਰੇ ਗਾਹਕਾਂ ਲਈ KYC ਅਪਡੇਟ ਕਰਨਾ ਲਾਜ਼ਮੀ ਹੈ। ਅਜਿਹੇ 'ਚ ਜੇਕਰ 30 ਸਤੰਬਰ 2023 ਤੋਂ ਤੁਹਾਡੇ ਖਾਤੇ ਦਾ KYC ਅਪਡੇਟ ਬਾਕੀ ਹੈ ਤਾਂ 18 ਦਸੰਬਰ ਤੋਂ ਪਹਿਲਾਂ ਤੁਸੀਂ ਕਿਸੇ ਵੀ ਸ਼ਾਖਾ ਜਾਂ ਮੋਬਾਈਲ ਅਪਡੇਟ PNB1 IBS ਪੋਸਟ ਦੇ ਰਜਿਸਟਰ ਈਮੇਲ ਆਦਿ ਰਾਹੀਂ ਆਪਣਾ KYC ਅਪਡੇਟ ਕਰਵਾ ਸਕਦੇ ਹੋ। ਜੇਕਰ ਕੋਈ ਵੀ ਗਾਹਕ KYC ਅਪਡੇਟ ਨਹੀਂ ਕਰਵਾਉਂਦਾ ਤਾਂ ਉਸ ਦੇ ਖਾਤੇ ਵਿੱਚ ਲੈਣ ਦੇਣ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। KYC ਕਰਵਾਉਣ ਦੇ ਲਈ ਦਸਤਾਵੇਜ਼। ਪੰਜਾਬ ਨੈਸ਼ਨਲ ਬੈਂਕ ਦੀ ਵੈਬਸਾਈਟ ਦੇ ਮੁਤਾਬਕ ਤੁਸੀਂ ਕਿਸੇ ਵੀ ਵਿਅਕਤੀਗਤ ਖਾਤੇ 'ਚੋਂ KYC ਕਰਵਾਉਣ ਲਈ ਇਹਨਾਂ ਸਰਕਾਰੀ ਦਸਤਾਵੇਜ਼ਾਂ ਦੀ ਵਰਤੋਂ ਕਰ ਸਕਦੇ ਹੋ, ਜਿਵੇਂ ਪਾਸਪੋਰਟ, ਪੈਨ ਕਾਰਡ, ਵੋਟਰ ID, ਡਰਾਈਵਿੰਗ ਲਾਇਸੈਂਸ, ਨਰੇਗਾ ਜੋਬ ਕਾਰਡ, ਆਧਾਰ ਕਾਰਡ ਅਤੇ ਇਹਨਾਂ ਤੋਂ ਇਲਾਵਾ ਤੁਸੀਂ ਬਿਜਲੀ, ਟੈਲੀਫੋਨ, ਪਾਣੀ, ਪੋਸਟਪੇਡ, ਮੋਬਾਈਲ ਅਤੇ ਗੈਸ ਦੇ ਬਿੱਲ ਦੀ ਵਰਤੋਂ ਵੀ ਕਰ ਸਕਦੇ ਹੋ। ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ।